ਹੈਲੋ ਐਵਰੀਵਨ, ਤੁਹਾਡਾ ਸਾਰਿਆਂ ਦਾ ਇੱਕ ਵਾਰੀ ਸਾਡੇ ਯੂਟਿਊਬ ਚੈਨਲ ਸੋਨੀਆ ਐਂਡ ਮੋਮ ਵਲੌਗ 'ਤੇ ਫਿਰ ਤੋਂ ਸਵਾਗਤ ਹੈ। ਅਤੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਇੱਕ ਨਵੀਂ ਰੈਸਪੀ ਦੇ ਨਾਲ। ਅੱਜ ਦੀ ਜਿਹੜੀ ਰੈਸਪੀ ਹੈ ਉਹ ਬਹੁਤ ਹੀ ਲਾਜਵਾਬ ਬਣੇਗੀ ਅਤੇ ਮੈਂ ਗਰੰਟੀ ਕਰਦੀ ਹਾਂ ਉਹ ਸਾਰਿਆਂ ਦੀ ਫੇਵਰੇਟ ਹੈ। ਅਤੇ ਉਸਦਾ ਨਾਂ ਹੈ ਦਹੀਂ ਭੱਲੇ। ਅੱਜ ਦੀ ਜਿਹੜੀ ਰੈਸਪੀ ਹੈ ਉਹ ਤੁਹਾਨੂੰ ਮੈਂ ਬਿਲਕੁਲ ਆਸਾਨ ਤਰੀਕੇ ਨਾਲ ਸਿਖਾਵਾਂਗੀ, ਪਰ ਉਸਦੇ ਲਈ ਤੁਹਾਨੂੰ ਇਸ ਵੀਡੀਓ ਨਾਲ ਐਂਡ ਤੱਕ ਬਣੇ ਰਹਿਣਾ ਪਏਗਾ। ਤਾਂ ਚਲੋ ਆਓ ਆਪਾਂ ਆਪਣੀ ਰੈਸਪੀ ਸਟਾਰਟ ਕਰਦੇ ਹਾਂ। ਇਹ ਇੱਕ ਕਟੋਰੀ ਮੂੰਗ ਦੀ ਦਾਲ ਲਈ ਹੈ ਮੈਂ, ਅਤੇ ਇਸ ਕਟੋਰੀ ਦੇ ਵਿੱਚ ਉੜਦ ਦੀ ਦਾਲ ਲਈ ਹੈ ਬਿਨਾਂ ਛਿਲਕੇ ਤੋਂ। ਮੈਂ ਇਹ ਦੋਨੇ ਦਾਲਾਂ ਜੋ ਤੁਹਾਨੂੰ ਦਿਖਾਈਆਂ ਨੇ ਆਲਰੇਡੀ ਰਾਤ ਨੂੰ ਬਾਊਲ ਦੇ ਵਿੱਚ ਭਿਗੋ ਕੇ ਰੱਖ ਲਈਆਂ ਸੀ। ਦੇਖੋ ਆਪਣੀ ਦਾਲ ਅੱਛੀ ਤਰ੍ਹਾਂ ਫੁੱਲ ਗਈ ਹੈ। ਤੁਸੀਂ ਇਹ ਯਾਦ ਰੱਖਣਾ ਹੈ ਕਿ ਐਟਲੀਸਟ 4 ਤੋਂ 5 ਘੰਟੇ ਦਾਲ ਨੂੰ ਭਿਗੋਣਾ ਜ਼ਰੂਰੀ ਹੈ। ਤੁਸੀਂ ਇਕੱਲੀ ਮੂੰਗ ਦੀ ਦਾਲ ਦੇ ਵੀ ਭੱਲੇ ਬਣਾ ਸਕਦੇ ਹੋ ਅਤੇ ਇਕੱਲੀ ਉੜਦ ਦੀ ਦਾਲ ਦੇ ਵੀ, ਪਰ ਮੈਂ ਮਿਕਸ ਕਰਕੇ ਬਣਾ ਰਹੀ ਹਾਂ ਕਿਉਂਕਿ ਜਿਹੜੇ ਨੇ ਖਾਣ ਵਿੱਚ ਹਲਕੇ ਹੁੰਦੇ ਨੇ। ਤਾਂ ਉਹ ਆਪਾਂ ਹੁਣ ਦਾਲ ਨੂੰ ਛਾਨੀ ਵਿੱਚ ਪਾ ਕੇ ਛਾਣ ਲੈਂਦੇ ਹਾਂ ਅਤੇ ਪਾਣੀ ਸਾਰਾ ਕੱਢ ਲੈਂਦੇ ਹਾਂ। ਉਸ ਤੋਂ ਬਾਅਦ ਆਪਾਂ ਇਹਨੂੰ ਮਿਕਸੀ ਦੇ ਵਿੱਚ ਪੇਸਟ ਬਣਾ ਲਾਂਗੇ। ਦਾਲ ਛਾਣ ਲਈ ਹੈ ਅਤੇ ਇਹ ਹੁਣ ਮੈਂ ਪਾਵਾਂਗੀ ਮਿਕਸੀ ਦੇ ਵਿੱਚ। ਇਹ ਸਭ ਤੋਂ ਇੰਪੋਰਟੈਂਟ ਸਟੈਪ ਹੈ। ਇੰਪੋਰਟੈਂਟ ਸਟੈਪ ਇਸ ਲਈ ਹੈ ਕਿਉਂਕਿ ਇਸ ਦਾਲ ਦੇ ਮਿਕਸਚਰ ਨੂੰ ਪੇਸਟ ਬਣਾਉਣ ਦੇ ਲਈ ਥੋੜ੍ਹਾ ਜਿਹਾ ਟਾਈਮ ਲੱਗਦਾ ਹੈ। ਇਸ ਮਿਕਸਚਰ ਦੇ ਵਿੱਚ ਪੇਸਟ ਬਣਾਉਣ ਲੱਗਿਆਂ ਆਪਾਂ ਪਾਣੀ ਐਡ ਬਿਲਕੁਲ ਵੀ ਨਹੀਂ ਕਰਨਾ। ਕੁਛ ਇਸ ਤਰ੍ਹਾਂ ਦਾ ਪੇਸਟ ਰੈਡੀ ਹੋ ਜਾਏਗਾ ਜਦੋਂ ਆਪਾਂ ਦਾਲ ਨੂੰ ਪੀਸ ਲਵਾਂਗੇ। ਦਰਦਰਾ ਬਿਲਕੁਲ ਨਹੀਂ ਹੋਣਾ ਚਾਹੀਦਾ, ਸਮੂਥ ਪੇਸਟ ਹੋਣਾ ਚਾਹੀਦਾ। ਇਸ ਤਰ੍ਹਾਂ ਦਾ ਪੇਸਟ ਤਿਆਰ ਕਰਨ ਦੇ ਲਈ ਥੋੜ੍ਹੀ ਜਿਹੀ ਪੇਸ਼ੈਂਸ ਰੱਖਣੀ ਪਏਗੀ ਅਤੇ ਮਿਕਸੀ ਨੂੰ 2-3 ਵਾਰੀ ਰੁਕ ਰੁਕ ਕੇ ਚਲਾਉਣਾ ਪਏਗਾ ਆਪਾਂ ਨੂੰ। ਇਸ ਪੇਸਟ ਨੂੰ ਹੁਣ ਮੈਂ ਬਾਊਲ ਦੇ ਵਿੱਚ ਕੱਢ ਲਿਆ। ਬਾਊਲ ਵਿੱਚ ਪੇਸਟ ਨੂੰ ਕੱਢਣ ਤੋਂ ਬਾਅਦ ਆਪਾਂ ਇਸ ਪੇਸਟ ਨੂੰ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਘੁਮਾ ਕੇ 15-20 ਮਿੰਟ ਫੈਂਟਾਂਗੇ। ਇਹ ਤੁਸੀਂ ਚਾਹੇ ਹੱਥ ਨਾਲ ਫੈਂਟ ਲਓ ਚਾਹੇ ਚਮਚ ਨਾਲ ਫੈਂਟ ਲਓ। ਇਹ ਗੱਲ ਯਾਦ ਰਹੇ ਕਿ ਜਿੰਨਾ ਆਪਾਂ ਜ਼ਿਆਦਾ ਫੈਂਟਾਂਗੇ ਪੇਸਟ ਨੂੰ, ਉਨਾ ਹੀ ਆਪਣਾ ਜਿਹੜਾ ਭੱਲਾ ਬਹੁਤ ਹੀ ਸੌਫਟ ਅਤੇ ਟੇਸਟੀ ਬਣੇਗਾ। ਦੇਖੋ ਆਪਣਾ ਪੇਸਟ ਜਿਹੜਾ ਉਹ ਹੁਣ ਫੁੱਲਣ ਲੱਗ ਗਿਆ। ਮੈਂ 15-20 ਮਿੰਟ ਤੱਕ ਇਸ ਨੂੰ ਫੈਂਟ ਲਿਆ। ਇਹ ਹੁਣ ਬਿਲਕੁਲ ਤਿਆਰ ਹੈ। ਆ ਕਟੋਰੀ ਦੇ ਵਿੱਚ ਮੈਂ ਪਾਣੀ ਲਿਆ ਅਤੇ ਹੁਣ ਮੈਂ ਇੱਕ ਚਮਚ ਨਾਲ ਥੋੜ੍ਹਾ ਜਿਹਾ ਪੇਸਟ ਦੇ ਵਿੱਚ ਪਾਊਂਗੀ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੇਸਟ ਹੈ ਪਾਣੀ ਦੇ ਉੱਪਰ ਤੈਰ ਰਿਹਾ ਅਤੇ ਪਾਣੀ ਦੇ ਵਿੱਚ ਮਿਕਸ ਨਹੀਂ ਹੋਇਆ। ਸੋ ਇਹ ਪੇਸਟ ਹੁਣ ਪੂਰੀ ਤਰ੍ਹਾਂ ਰੈਡੀ ਹੈ। ਹੁਣ ਮੈਂ ਪੇਸਟ ਵਿੱਚ ਪਾ ਰਹੀ ਹਾਂ ਬਰੀਕ ਕੱਟੀ ਹੋਈ ਹਰੀ ਮਿਰਚ, ਇਹ ਬਰੀਕ ਕੱਟੀ ਹੋਈ ਅਦਰਕ। ਇਸ ਨਾਲ ਜਿਹੜਾ ਟੇਸਟ ਹੈ ਕਾਫੀ ਅੱਛਾ ਆਏਗਾ। ਇਹ ਮੈਂ ਐਡ ਕਰ ਰਹੀ ਹਾਂ ਥੋੜ੍ਹੀ ਜਿਹੀ ਕਿਸ਼ਮਿਸ਼, ਇਹਦੇ ਨਾਲ ਜਿਹੜਾ ਆਪਣਾ ਦਹੀਂ ਭੱਲੇ ਦਾ ਟੇਸਟ ਹੈ ਮਿੱਠੇ ਵੱਲ ਆਏਗਾ। ਇਹ ਸਾਰੀਆਂ ਆਈਟਮਸ ਨੂੰ ਆਪਾਂ ਪੇਸਟ ਵਿੱਚ ਅੱਛੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਪੇਸਟ ਆਪਣਾ ਬਿਲਕੁਲ ਰੈਡੀ ਹੋ ਗਿਆ ਅਤੇ ਆਪਾਂ ਦਹੀਂ ਭੱਲੇ ਬਣਾਉਣ ਦਾ ਪ੍ਰੋਸੈਸ ਸਟਾਰਟ ਕਰਦੇ ਹਾਂ। ਆਇਲ ਜਿਹੜਾ ਆਪਾਂ ਮੀਡੀਅਮ ਫਲੇਮ 'ਤੇ ਰੱਖ ਲਿਆ ਅਤੇ ਹੁਣ ਆਪਾਂ ਹੱਥ ਗਿੱਲਾ ਕਰਕੇ ਪਾਣੀ ਨਾਲ ਭੱਲੇ ਬਣਾਉਣੇ ਸਟਾਰਟ ਕਰਦੇ ਹਾਂ। ਜਿੱਦਾਂ ਆਪਾਂ ਘਰ ਪਕੌੜੇ ਤਿਆਰ ਕਰਦੇ ਹਾਂ ਸੇਮ ਤਰੀਕਾ ਆਪਾਂ ਦਹੀਂ ਭੱਲੇ ਤਿਆਰ ਕਰਨ ਲੱਗਿਆਂ ਵੀ ਲਾਵਾਂਗੇ। ਦਹੀਂ ਭੱਲਿਆਂ ਦਾ ਜੋ ਸਾਈਜ਼ ਹੈ ਉਹ ਆਪਾਂ ਆਪਦੀ ਮਰਜ਼ੀ ਦੇ ਨਾਲ ਵੱਡਾ ਛੋਟਾ ਕਰ ਸਕਦੇ ਹਾਂ। ਆਇਲ ਹੈ ਜਿਹੜਾ ਉਹ ਆਪਾਂ ਭੱਲਿਆਂ ਦੇ ਉੱਪਰ ਵਾਲੀ ਸਾਈਡ ਵੀ ਥੋੜ੍ਹਾ ਥੋੜ੍ਹਾ ਪਾਉਂਦੇ ਰਹਾਂਗੇ, ਜਿਹਦੇ ਨਾਲ ਜਿਹੜੇ ਭੱਲੇ ਦੋਵਾਂ ਪਾਸੋਂ ਅੱਛੀ ਤਰ੍ਹਾਂ ਪੱਕ ਵੀ ਜਾਣਗੇ ਅਤੇ ਫੁੱਲ ਵੀ ਜਾਣਗੇ।
ਇਸ ਤਰੀਕੇ ਨਾਲ ਆਪਾਂ ਸਾਰੇ ਮਟੀਰੀਅਲ ਦੇ ਪੱਲੇ ਤਿਆਰ ਕਰ ਲਵਾਂਗੇ। ਹਲਕੇ ਗੋਲਡਨ ਬਰਾਊਨ ਹੋਣ ਤੱਕ ਆਪਾਂ ਇਹਨਾਂ ਨੂੰ ਫਰਾਈ ਕਰਦੇ ਰਹਾਂਗੇ। ਦੇਖੋ ਹੁਣ ਆਪਣੇ ਜਿਹੜੇ ਪੱਲੇ ਹੈ ਗੋਲਡਨ ਬਰਾਊਨ ਹੋ ਰਹੇ ਹੈ ਅਤੇ ਕਿੰਨੇ ਫੁੱਲੇ ਫੁੱਲੇ ਅਤੇ ਸੋਹਣੇ ਲੱਗ ਰਹੇ ਹੈ। ਲਓ ਜੀ ਹੁਣ ਆਪਣੇ ਪੱਲੇ ਬਿਲਕੁਲ ਤਿਆਰ ਹੋ ਚੁੱਕੇ ਨੇ ਅਤੇ ਆਪਾਂ ਹੁਣ ਇਹਨਾਂ ਨੂੰ ਪਲੇਟ ਦੇ ਵਿੱਚ ਕੱਢ ਲੈਂਦੇ ਹਾਂ। ਪੱਲੇ ਤਾਂ ਆਪਣੇ ਬਿਲਕੁਲ ਤਿਆਰ ਹੋ ਚੁੱਕੇ ਨੇ ਅਤੇ ਤੁਸੀਂ ਦੇਖੋ ਜੇਕਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਜਲਦੀ ਕਰ ਦਿਓ। ਜਿੰਨੀ ਪੇਸਟ ਆਪਾਂ ਤਿਆਰ ਕੀਤੀ ਸੀ ਉਹਦੇ 10 ਤੋਂ 12 ਦਹੀਂ ਪੱਲੇ ਬਣ ਗਏ ਨੇ। ਆਹ ਬਾਊਲ ਦੇ ਵਿੱਚ ਗੁਣਗੁਣਾ ਪਾਣੀ ਲਿਆ ਅਤੇ ਉਹਦੇ ਵਿੱਚ ਮੈਂ ਐਡ ਕਰ ਰਹੀ ਹਾਂ ਨਮਕ ਅਤੇ ਨਾਲ ਥੋੜ੍ਹੀ ਜਿਹੀ ਹਿੰਗ। ਇਹ ਪੱਲੇ ਭਿਗਾਉਣ ਲਈ ਪਾਣੀ ਆਪਣਾ ਰੈਡੀ ਹੋ ਗਿਆ ਹੈ। ਇਹ ਪੱਲੇ ਆਪਾਂ ਥੋੜ੍ਹੀ ਦੇਰ ਲਈ ਪਾਣੀ ਵਿੱਚ ਭਿਗੋ ਕੇ ਰੱਖਾਂਗੇ ਜਿਸ ਨਾਲ ਜਿਹੜੇ ਪੱਲੇ ਆਪਣੇ ਪੂਰੀ ਤਰ੍ਹਾਂ ਫੁੱਲ ਜਾਣਗੇ ਅਤੇ ਸੌਫਟ ਹੋ ਜਾਣਗੇ। ਆਪਾਂ ਪੱਲਿਆਂ ਨੂੰ ਪਾਣੀ ਦੇ ਵਿੱਚ ਚਮਚ ਨਾਲ ਡਿਪ ਕਰ ਦਾਂਗੇ। ਮੈਂ ਪੱਲਿਆਂ ਦੇ ਉੱਪਰ ਛੋਟੀ ਪਲੇਟ ਰੱਖਤੀ ਹੈ ਜਿਹਦੇ ਵੇਟ ਨਾਲ ਪੱਲੇ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡਿਪ ਹੋ ਜਾਣਗੇ ਅਤੇ ਸੌਫਟ ਹੋ ਜਾਣਗੇ। ਤੁਸੀਂ ਦੇਖ ਸਕਦੇ ਹੋ ਕਿ ਪਲੇਟ ਦੇ ਵੇਟ ਨਾਲ ਜਿਹੜੇ ਨੇ ਪੱਲੇ ਪਾਣੀ ਵਿੱਚ ਪੂਰੀ ਤਰ੍ਹਾਂ ਡਿਪ ਹੋ ਗਏ ਨੇ। ਪੱਲੇ ਹੁਣ ਬਿਲਕੁਲ ਤਿਆਰ ਹੋ ਚੁੱਕੇ ਨੇ ਅਤੇ ਹੁਣ ਮੈਂ ਕਰਨ ਜਾ ਰਹੀ ਹਾਂ ਪਲੇਟਿੰਗ। ਇਹ ਹੋਮਮੇਡ ਇਮਲੀ ਦੀ ਚਟਨੀ ਹੈ, ਇਹ ਦਹੀਂ ਹੈ, ਇਹ ਨਮਕੀਨ ਭੁਜੀਆ ਹੈ, ਇਹਦੇ ਨਾਲ ਆਪਾਂ ਡੈਕੋਰੇਟ ਕਰਾਂਗੇ। ਆਓ ਹੁਣ ਮੈਂ ਇੱਕ ਪਲੇਟ ਤੁਹਾਨੂੰ ਅੱਛੀ ਤਰ੍ਹਾਂ ਤਿਆਰ ਕਰਕੇ ਦਿਖਾਉਂਦੀ ਹਾਂ। ਹੁਣ ਆਪਾਂ ਦਹੀਂ ਪੱਲੇ ਨੂੰ ਥੋੜ੍ਹਾ ਜਿਹਾ ਪ੍ਰੈਸ ਕਰਕੇ ਇਹਦੇ ਵਿੱਚੋਂ ਪਾਣੀ ਜਿਹੜਾ ਨਿਚੋੜ ਕੇ ਕੱਢ ਦੇਵਾਂਗੇ। ਮੈਂ ਮਿੱਠੀ ਦਹੀਂ ਤਿਆਰ ਕਰ ਲਈ ਸੀ, ਇਹ ਮੈਂ ਇਹਨਾਂ ਦੇ ਉੱਪਰ ਪਾ ਰਹੀ ਹਾਂ। ਦਹੀਂ ਅਤੇ ਚਟਨੀ ਜਿੰਨੀ ਆਪਾਂ ਜ਼ਿਆਦਾ ਪਾਵਾਂਗੇ ਉਨੇ ਹੀ ਪੱਲੇ ਆਪਣੇ ਜਿਹੜੇ ਨੇ ਟੇਸਟੀ ਬਣਨਗੇ। ਇਹ ਮੈਂ ਜੀਰਾ ਪਾ ਰਹੀ ਹਾਂ ਜੋ ਭੁੰਨ ਕੇ ਪੀਸ ਲਿਆ ਸੀ। ਹੁਣ ਮੈਂ ਪਾ ਰਹੀ ਹਾਂ ਇਮਲੀ ਦੀ ਚਟਨੀ। ਅਤੇ ਇਹ ਅਨਾਰ ਦੇ ਦਾਣੇ ਅਤੇ ਇਹ ਹੈ ਪਲੇਨ ਭੁਜੀਆ ਜੋ ਆਪਣੇ ਘਰਾਂ ਵਿੱਚ ਆਮ ਮਿਲ ਜਾਂਦਾ। ਇਹਦੇ ਨਾਲ ਜਿਹੜੇ ਪੱਲੇ ਥੋੜ੍ਹੇ ਕ੍ਰਿਸਪੀ ਹੋ ਜਾਣਗੇ। ਅਤੇ ਇਹ ਪਾ ਰਹੀ ਹਾਂ ਮੈਂ ਅੰਗੂਰ ਅਤੇ ਆਂਵਲਾ ਕੈਂਡੀਜ਼, ਇਹਦੇ ਨਾਲ ਜਿਹੜਾ ਟੇਸਟ ਹੈ ਬਹੁਤ ਹੀ ਲਾਜਵਾਬ ਹੋ ਜਾਏਗਾ। ਆਈ ਹੋਪ ਇਹ ਰੈਸਪੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਬਣਾਓ ਅਤੇ ਫਿਰ ਦੱਸੋ ਸਾਡੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਕਿ ਤੁਹਾਡੀ ਕਿੱਦਾਂ ਦੀ ਬਣੀ। ਤੁਹਾਡਾ ਸਾਰਿਆਂ ਦਾ ਸਾਡੀ ਇਸ ਵੀਡੀਓ ਨਾਲ ਬਣੇ ਰਹਿਣ 'ਤੇ ਮੈਂ ਦਿਲੋਂ ਥੈਂਕਸ ਕਰਦੀ ਹਾਂ ਅਤੇ ਫਿਰ ਆਪਾਂ ਮਿਲਦੇ ਹਾਂ ਨਵੀਂ ਰੈਸਪੀ ਦੇ ਨਾਲ।